ਉਦੋਂ ਆ ਜੀ, ਆਪਣੇ ਪਿਓ ਦਾ ਨੀ ਹੈਗਾ ਜੇ ਤੇਰੀਆਂ ਦੋਨੇ ਬਾਹਾਂ ਨਾਲ ਵੱਢ ਦਵਾਂ। ਮੈਨੂੰ ਸੀਰੀਅਸਲੀ ਇਹ ਫੀਲ ਹੁੰਦਾ ਮੇਰੇ ਮੈਂਟਲ ਲੈਵਲ ਤੇ ਇੰਨੀ ਕੁ ਜ਼ਿਆਦਾ ਟੈਨਸ਼ਨ ਆ ਵੀ ਮੇਰਾ ਆਪਣਾ ਕਿਤੇ ਵੀ ਸਕੋਪ ਨੀ ਰਹਿ ਰਿਹਾ। ਮੈਂ ਕਦੀ ਕਿੱਥੇ ਦਰਖਾਸਤਾਂ ਦਿੰਦਾ ਫਿਰਦਾ, ਕਦੀ ਕੀ ਕਰਦਾ। ਤੈਨੂੰ ਕਹਿਣ ਲੱਗਿਆ ਬਾਣਾ ਲਾ ਕੇ ਜਿੱਥੇ ਮਰਜੀ ਜਦ ਮਰਜੀ। ਸਤਿ ਸ੍ਰੀ ਅਕਾਲ ਸਾਰੇ ਸੰਗਤ ਨੂੰ। ਤੇ ਮੈਨੂੰ ਕਿਤੇ ਨਾ ਕਿਤੇ ਇਹ ਫੀਲ ਹੋਣ ਲਵਾ ਤਾ ਅੱਧਿਆਂ ਕੁ ਜਾਣਿਆਂ ਨੇ ਵੀ ਮੈਂ ਗੁਰੂ ਸਾਹਿਬ ਦੀ ਬੇਦਬੀ ਦਾ ਬਦਲਾ ਲੈ ਕੇ ਗਲਤੀ ਕੀਤੀ। ਮੈਨੂੰ ਸੀਰੀਅਸਲੀ ਇਹ ਫੀਲ ਹੁੰਦਾ ਮੇਰੇ ਮੈਂਟਲ ਲੈਵਲ ਤੇ ਇੰਨੀ ਕੁ ਜ਼ਿਆਦਾ ਟੈਨਸ਼ਨ ਆ ਵੀ ਮੇਰਾ ਆਪਣਾ ਕਿਤੇ ਵੀ ਸਕੋਪ ਨੀ ਰਹਿ ਰਿਹਾ। ਮੈਂ ਕਦੀ ਕਿੱਥੇ ਦਰਖਾਸਤਾਂ ਦਿੰਦਾ ਫਿਰਦਾ, ਕਦੀ ਕੀ ਕਰਦਾ, ਕਦੀ ਕੀ ਕਰਦਾ ਫਿਰਦਾ। ਸਬਰ ਹੁੰਦਾ ਬੰਦੇ ਚ ਮੁੱਕ ਜਾਂਦਾ, ਜਿੰਨਾ ਕੁ ਟੋਲਰੇਟ ਹੁੰਦਾ ਉਹ ਕਰ ਸਕਦਾ ਉਹ ਕਰ ਲਿਆ। ਇੱਕ ਆਹ ਸਵਾਲ ਹੈ, ਹੈਲੋ, ਮੈਂ ਤੁਹਾਨੂੰ ਵੀਡੀਓ ਦਿਖਾਉਣੀ ਚਾਹੁੰਦਾ ਪਹਿਲਾਂ ਮੁੰਡੇ ਦੇ ਅਸੀਂ ਕਹਿੰਦੇ ਇਹਨੂੰ ਚਾਹੇ ਗੋਲੀ ਮਾਰ ਦੇਵੇ ਪ੍ਰਸ਼ਾਸਨ ਤੇ ਨਹੀਂ ਮਾਰ ਹੁੰਦਾ ਤਾਂ ਅਸੀਂ ਸੋਧਾ ਲਾਉਂਦੇ ਹਾਂ ਅਸੀਂ, ਪਰ ਗੱਲ ਤਾਂ ਇਹ ਵੀ ਅਸੀਂ ਕਹਿੰਦੇ ਵੀ ਜਿਹੜਾ ਹਨੀ ਸੇਠੀ ਨੇ। ਬਾਬਾ ਗੱਲ ਸੁਣ, ਹੁਣ ਤੂੰ ਧਿਆਨ ਬਹੁਤ ਸੁਣ ਲਿਆ ਤੇਰਾ, ਠੀਕ ਆ। ਤੂੰ ਕਹਿੰਦਾ ਬੇਦਬੀ ਕੀਤੀ ਹੈ, 10 ਲੱਖ ਰੁਪਏ ਦਾ ਨਾਮ ਰੱਖਿਆ, ਜੇ ਮੈਂ ਕਿਤੇ ਜੁੱਤੀਆਂ ਫੜ ਕੇ ਗੁਰੂ ਸਾਹਿਬ ਦੇ ਅੰਗ ਚੱਕੇ ਹੋਣ, ਕਿਤੇ ਵੀ ਪ੍ਰੂਵ ਕਰ ਦੇ। ਤੈਨੂੰ ਉਹੀ ਪੱਤਰਕਾਰ ਨੂੰ ਮੈਂ ਜਵਾਬ ਦਿੱਤਾ ਮੁਦਿਤ ਨੂੰ, ਤੈਨੂੰ ਦੁਬਾਰਾ ਜਵਾਬ ਨਹੀਂ ਆਇਆ। ਰਹੀ ਗੱਲ ਸੋਧਾ ਲਾਉਣ ਦੀ, ਰਹੀ ਗੱਲ ਗੋਲੀ ਮਾਰਨ ਦੀ, ਗੁਰੂ ਸਾਹਿਬ ਦਾ ਬਾਣਾ ਪਾਇਆ ਹੋਇਆ ਤੇਰੇ, ਮੈਨੂੰ ਤੇਰੇ ਸਾਰੇ ਕਿਰਦਾਰ ਦਾ ਪਤਾ, ਜੱਲਾ ਤੇਰਾ ਪਿੰਡ ਹੈ, ਸਾਰੇ ਪਿੰਡ ਦੇ ਤੇਰੇ ਵਿਰੋਧ ਚ ਫੋਨ ਆਉਂਦੇ ਨੇ, ਤੂੰ ਕੀ ਕੁਛ ਕਰਦਾ ਰਿਹਾ, ਤੁਸੀਂ ਖਾਲਸਾ ਰਾਜ ਬਣਾਉਣਾ, ਤੁਹਾਡੇ ਘਰੇ ਤਾਂ ਕੋਈ ਖਾਲਸਾ ਹੈ ਨਹੀਂ, ਤੁਸੀਂ ਖਾਲਸਾ ਰਾਜ ਬਣਾਉਣਾ, ਤੁਹਾਡੇ ਘਰੇ ਤਾਂ ਕੋਈ ਖਾਲਸਾ ਹੈ ਨਹੀਂ, ਸਾਰੇ ਤੁਸੀਂ ਘੋਨੇ ਮੋਨੇ ਚੱਕੀ ਫਿਰਦੇ ਆ। ਉਹੀ ਤੁਸੀਂ DSP ਸਾਹਿਬ ਨੂੰ ਜਾ ਕੇ ਕਹਿੰਦੇ ਆ ਘੋਨੇ ਮੋਨਿਆਂ ਨੇ ਪਟਕਾ ਤਾਂ ਬੰਨ ਲੈਣਾ ਸੀ, ਉਹਨਾਂ ਨੇ ਤਾਂ ਤੁਹਾਡੇ ਤੋਂ ਚੰਗੇ ਰਹੇ ਨੇ, ਜਿਨ੍ਹਾਂ ਨੇ ਬੇਦਬੀ ਦਾ ਇਨਸਾਫ਼ ਲਿਆ, ਨਾਲ ਮੇਰੇ ਖੜੇ ਨੇ ਜਾ ਕੇ ਨਾਮ ਨਾਲ ਸਿੰਘ ਲਵਾ ਕੇ ਵਿਰੋਧ ਨਹੀਂ ਕੀਤਾ। ਰਹੀ ਗੱਲ ਗੋਲੀ ਮਾਰਨ ਦੀ, ਸੋਧਾ ਲਾਉਣ ਦੀ, ਤੇਰੇ ਪਾਇਆ ਹੈ ਗੁਰੂ ਸਾਹਿਬ ਦਾ ਬਾਣਾ, ਠੀਕ ਹੈ। ਤੇਰਾ ਪਿੰਡ ਜੱਲਾ, ਮੈਂ ਦਰਾਹੇ ਦਾ ਪੈਲ ਮੈਂ ਰਹਿੰਦਾ, ਬਾਣਾ ਲਾ ਕੇ, ਤੈਨੂੰ ਕਹਿਣ ਲੱਗਿਆ ਬਾਣਾ ਲਾ ਕੇ ਜਿੱਥੇ ਮਰਜੀ ਜਦ ਮਰਜੀ ਉਦੋਂ ਆ ਜੀ, ਆਪਣੇ ਪਿਓ ਦਾ ਨੀ ਹੈਗਾ ਜੇ ਤੇਰੀਆਂ ਦੋਨੇ ਬਾਹਾਂ ਨਾਲ ਵੱਢ ਦਵਾਂ। ਮਾੜੀ ਮੋਟੀ ਸ਼ਰਮ ਕਰੀ ਦੀ ਹੁੰਦੀ ਹੈ, ਸਿੱਧਾ ਤੈਨੂੰ ਕਹਿ ਰਿਹਾ, ਤੇਰੀ ਫੋਟੋ ਦਿਖਾਈ ਹੈ, ਤੂੰ ਕਹਿੰਦਾ ਹਨੀ ਨੂੰ ਗੋਲੀ ਮਾਰਨੀ ਹੈ, ਸੋਧਾ ਲਾਉਣਾ, ਸਿਰਫ 2 ਕਿਲੋਮੀਟਰ ਤੇ ਆ, ਤੇਰੇ ਪਿੰਡ ਦੇ 4 ਮੁੰਡੇ ਵੀ ਮੇਰੇ ਕੋਲ ਨੇ, ਸਾਰਾ ਪਿੰਡ ਤੇਰੇ ਵਿਰੋਧ ਚ ਫੋਨ ਕਰਦਾ, ਤੂੰ ਕੀ ਕੁਛ ਕਰਦਾ ਰਿਹਾ। ਇਸ ਤੋਂ ਬਾਅਦ ਜੇ ਤੂੰ ਕੁਛ ਵੀ ਕੀਤਾ, ਸਾਰਾ ਤੇਰਾ ਕਿਰਦਾਰ ਲਿਆ ਕੇ ਮੈਂ ਮੂਹਰੇ ਰੱਖ ਲੂ। ਗੋਲੀ ਮਾਰਨ ਨੂੰ ਮੈਂ ਕਿਸੇ ਧੀ ਭੈਣ ਦਾ ਰੇਪ ਕੀਤਾ, ਕੋਈ ਧੋਖੇਧੜੀ ਕੀਤੀ ਆ, ਚਿੱਟਾ ਵੇਚਦਾ ਮੈਂ ਆਪਣੇ ਤੇ ਤੇਰੇ ਤੇ ਮੇਰੇ ਕਿਰਦਾਰ ਚ ਬਹੁਤ ਫਰਕ ਆ। ਜੇ ਤੂੰ ਤਾਂ ਵੀ ਨਾ ਸੰਭਲਿਆ, 87 58 4 0 50 ਫੋਨ ਮਾਰ ਲਈ, ਜੇ ਨਾ ਮਿਲੂ ਆਪਣੇ ਪਿਓ ਦਾ ਨੀ ਹੈਗਾ, ਤੂੰ ਗੋਲੀ ਮਾਰਨ ਦੀ ਗੱਲ ਕਰਦਾ, ਇੱਥੇ ਹੀ ਹੁੰਦਾ ਆ ਜੀ, ਜੇ ਤੇਰੀਆਂ ਦੋਵੇਂ ਬਾਹਾਂ ਨਾਲ ਵੱਢ ਕੇ ਭੇਜੀਆਂ ਆਪਣੇ ਪਿਓ ਦਾ ਨੀ ਹੈਗਾ, ਸਾਲਿਓ ਸ਼ਰਮ ਕਰ ਲਓ, ਤੁਹਾਡੇ ਨਾਂ ਪਿੱਛੇ ਸਿੰਘ ਲੱਗਿਆ ਹੋਇਆ, ਤੁਹਾਡੇ ਤੋਂ ਅੱਤ ਦਰਜੇ ਚੰਗੇ ਨੇ, ਮੋਨੇ ਘੋਨੇ ਮੁਸਲਮਾਨ ਵੀਰ ਨੇ ਦੱਸੀ ਹੈ ਵੀਡੀਓ ਆਹ, ਤੁਹਾਨੂੰ ਕੱਲਾ ਕੱਲਾ ਤਾਂ ਮੈਂ ਕਹਿੰਦਾ ਮੈਨੂੰ ਸਵਾਲ ਕਰੋ, ਪ੍ਰਸ਼ਾਸਨ ਨੂੰ ਤੁਸੀਂ ਕਹਿ ਰਹੇ ਹੋ ਧਰਨੇ ਲਾ ਰਹੇ ਹੋ, ਆਹ ਕਰ ਰਹੇ ਹੋ, ਲਾਓ ਧਰਨੇ, ਪ੍ਰਸ਼ਾਸਨ ਨੂੰ ਕਹੋ ਮੇਰੇ ਤੋਂ ਜਵਾਬ ਲਵੇ, ਮੇਰੇ ਕੋਲ ਕੱਲੀ ਕੱਲੀ ਜਵਾਬ ਦਾ, ਮੇਰੇ ਕੋਲ ਕੱਲੀ ਕੱਲੀ ਗੱਲ ਦਾ ਜਵਾਬ ਆ, ਥੋੜੀ ਬਹੁਤੀ ਸ਼ਰਮ ਕਰੋ, ਬਾਕੀ ਤੇਰੇ ਚ ਕੰਡਾ ਹੋਊਗਾ ਨਾ ਮਿਲਣ ਦਾ, 2 ਕਿਲੋਮੀਟਰ ਤੇ ਹੀ ਆ ਮੇਰੇ ਤੇ, 87 58 4 0 50 ਫੋਨ ਮਾਰ ਕੇ ਆ ਜੀ, ਤੈਨੂੰ ਤੇਰਾ ਪਤਾ ਲੱਗ ਜੂ, ਮੈਨੂੰ ਮੇਰਾ ਪਤਾ ਲੱਗ ਜੂ, ਖਾਲਸਾ ਰਾਜ ਬਾਅਦ ਚ ਬਣਾ ਲਈ, ਪਹਿਲਾਂ ਆਪਣੇ ਘਰੇ ਖਾਲਸਾ ਰਾਜ ਬਣਾ ਲਾ,
ਏਦਾਂ ਦੀ ਹੈ ਤਾਂ 0% ਤੇਰੇ ਬਾਰੇ ਮੈਂ ਬੋਲਿਆ। ਜੇ ਮੈਂ ਤੇਰੇ ਬਾਰੇ ਬੋਲਣ ਆ ਗਿਆ ਨਾ ਤੇ ਤੈਨੂੰ ਭਜਦੇ ਨੂੰ ਰਾਹ ਨਹੀਂ ਆਉਣਾ। ਮੈਂ ਉਹਨਾਂ ਚੋਂ ਮੋਕ ਮਾਰਨ ਵਾਲਿਆਂ ਚੋਂ ਪਾਪਾ ਨਹੀਂ ਹੈਗਾ। ਤੂੰ ਮਾਰੇਗਾ ਗੋਲੀ ਸਾਲਿਆ, ਤੇਰੇ ਤੋਂ ਗੋਲੀ ਖਾਣ ਨੂੰ ਜੰਮੇ ਹਾਂ ਅਸੀਂ। ਤੁਸੀਂ ਕੀ ਕੁਛ ਕਰਦੇ ਰਹੇ ਹਾਂ ਮੈਨੂੰ ਪਤਾ। ਮੈਂ ਚੱਟਾ ਪੀਂਦਾ ਰਿਹਾ, ਮੈਂ ਸ਼ਰਿਆਮ ਕਹਿੰਦਾ, ਕਿਸ ਤੋਂ ਦੱਬ ਕੇ ਨਹੀਂ ਕਹਿੰਦਾ। ਅੱਜ ਦੀ ਗੱਲ ਕਰ ਤੂੰ, ਤੇਰਾ ਪਿੰਡ ਜੱਲਾ ਮੇਰਾ ਪੈਲ ਆ। ਜੇ ਤੇਰੇ ਮਨ 'ਚ ਕੋਈ ਕਿੜ ਹੋਵੇ ਨਾ ਗੁਰੂ ਸਾਹਿਬ ਦਾ ਬਾਣਾ ਵਧਾ ਕੇ ਜਦ ਮਰਜ਼ੀ ਆ ਜੀ, ਤੈਨੂੰ ਤੇਰਾ ਪਤਾ ਲੱਗ ਜੂ, ਮੈਨੂੰ ਮੇਰਾ ਪਤਾ ਲੱਗ ਜੂ। ਸਤਿ ਸ਼੍ਰੀ ਅਕਾਲ।